ਮੂਵੀ ਕਿਦਾਂ ਦੀ ਲੱਗੀ ਸਰ? ਬਹੁਤ ਵਧੀਆ ਫਿਲਮ ਆ, ਬਹੁਤ ਵਧੀਆ ਬਣਾਈ ਆ। ਕੀ ਅੱਛਾ ਲੱਗਿਆ ਮੂਵੀ ਦੇ ਵਿੱਚ? ਸਭ ਤੋਂ ਵਧੀਆ ਤਾਂ ਮੈਨੂੰ ਇਹਨਾਂ ਦੀ ਐਕਟਿੰਗ ਜੀ, ਨਜ਼ਾਰਾ ਬੰਨਿਆ ਕਿ ਮੈਂ ਅੱਜ। ਬਹੁਤ ਸੋਹਣੀ ਐਕਟਿੰਗ ਭਾਜੀ ਜੀ, ਪ੍ਰਿੰਸ ਭਾਜੀ ਸਭ ਤੋਂ ਜ਼ਿਆਦਾ ਬੈਸਟ ਐਕਟਿੰਗ ਭਾਜੀ ਇਸ ਟਾਈਮ ਪੰਜਾਬ ਦੇ ਨਵਾਜੂ ਸਦੀਕੀ ਭਾਜੀ ਆ, ਬਸ ਇੰਨਾ ਆਪਾਂ ਕਹਿ ਸਕਦੇ ਆ ਬਸ। ਅੱਛਾ ਕਿੱਦਾਂ ਦੀ ਲੱਗੀ ਮੂਵੀ? ਬਹੁਤ ਵਧੀਆ ਜੀ। ਨੰਬਰ ਕਿੰਨੇ ਦੋਗੇ? ਨੰਬਰ 100 ਵਿੱਚੋਂ 100 ਹੀ ਦਿਓ ਜੀ। ਇਹ ਮੂਵੀ ਮੂਵੀ ਨਹੀਂ ਰਹੀ, ਇੱਕ ਤਰ੍ਹਾਂ ਦਾ ਮੈਸੇਜ ਵੀ ਲੋਕਾਂ ਤੱਕ ਪਹੁੰਚਿਆ। ਲੋਕਾਂ ਨੂੰ ਜਿਹੜੇ ਲੋਕੀ ਗਲਤ ਕੰਮ ਕਰਦੇ ਆ ਉਹਨਾਂ ਨੂੰ ਨਸੀਹਤ ਮਿਲਣੀ ਚਾਹੀਦੀ ਕਿ ਹਾਂ ਆਪਾਂ ਕੀ ਕੀਤਾ ਤੇ ਉਸ ਤੋਂ ਐਂਡ ਕੀ ਹੋਏਗਾ ਉਹਦਾ। ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਹਰਸ਼ ਕੌਰ। ਚੇਤਾ ਸਿੰਘ ਮੂਵੀ ਜੋ ਕਿ 1 ਸਤੰਬਰ ਨੂੰ ਰਿਲੀਜ਼ ਹੋਈ ਹੈ ਤਾਂ ਉੱਥੇ ਲੋਕ ਵੀ ਪਹੁੰਚ ਚੁੱਕੇ ਨੇ ਵੇਖਣ ਲਈ, ਤਾਂ ਆਪਾਂ ਜਾ ਕੇ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਕਿ ਉਹਨਾਂ ਨੂੰ ਅਜਿਹੀ ਮੂਵੀ ਕਿਵੇਂ ਲੱਗੀ। ਪਰ ਉੱਥੇ ਗੱਲ ਕੀਤੀ ਜਾਵੇ ਚੇਤਾ ਸਿੰਘ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਥ੍ਰਿਲਰ ਮੂਵੀ ਲੈ ਕੇ ਆਏ ਜੋ ਕਾਫੀ ਲੋਕਾਂ ਨੂੰ ਪਸੰਦ ਆਉਂਦੀ ਹੈ, ਤਾਂ ਕਿਸ ਤਰ੍ਹਾਂ ਪੰਜਾਬੀ ਮੂਵੀਜ਼ ਕਿਸ ਤਰ੍ਹਾਂ ਬਦਲਾਅ ਆ ਰਿਹਾ ਇਸ ਇੰਡਸਟਰੀ ਦੇ ਵਿੱਚ ਮੂਵੀ ਦੇ ਨਾਲ, ਉੱਥੇ ਚੇਤਾ ਸਿੰਘ ਜਿਹੜੀ ਕਿ ਰਿਲੀਜ਼ ਹੋਈ ਆ ਅਤੇ ਲੋਕ ਹੀ ਪਹੁੰਚੇ ਨੇ, ਆਪਾਂ ਗੱਲਬਾਤ ਕਰਦੇ ਹਾਂ। ਮੂਵੀ ਜੋ ਆਡੀਅੰਸ ਦੇਖ ਚੁੱਕੀ ਹੈ ਬਾਹਰ ਨਿਕਲ ਗਈ ਹੈ, ਕਿਸ ਤਰ੍ਹਾਂ ਦੀ ਐਕਸਾਈਟਮੈਂਟ ਹੈ, ਕਿਸ ਤਰ੍ਹਾਂ ਕਿਰਦਾਰ ਲੱਗਿਆ ਮੂਵੀ ਦੇ ਵਿੱਚ, ਕੌਨਸੈਪਟ ਹਰ ਇੱਕ ਚੀਜ਼ ਆਪਾਂ ਗੱਲਬਾਤ ਕਰਦੇ ਹਾਂ। ਮੂਵੀ ਕਿੱਦਾਂ ਦੀ ਲੱਗੀ ਸਰ? ਆਹ 10 ਵਜੇ ਵਾਲੀ ਆਹ ਬੰਦਾ ਬਹੁਤ ਵਧੀਆ ਜੀ, ਬਹੁਤ ਵਧੀਆ ਫਿਲਮ ਆ, ਬਹੁਤ ਵਧੀਆ ਬਣਾਈ ਆ। ਅਸੀਂ ਜੀ 10 ਵਿੱਚੋਂ 8 ਦੇਵਾਂਗੇ। ਬਹੁਤ ਕਿੱਦਾਂ ਦੀ ਲੱਗੀ? 10-8 ਨੰਬਰ ਦਾ ਹੈਗੇ ਆ ਜੀ ਇਹਦੇ। ਘੈਂਟਾ ਮੂਵੀ, ਫੁੱਲ ਮੂਵੀ, ਬਹੁਤ ਘੈਂਟ ਮੂਵੀ। ਤਾਂ ਖੜ ਜਾ ਸਾਰੇ, ਤੁਸੀਂ ਕਿੱਦਾਂ ਦੀ ਲੱਗੀ? ਮੈਂ ਬਹੁਤ ਜ਼ਿਆਦਾ ਵਧੀਆ ਜੀ। ਕੀ ਅੱਛਾ ਲੱਗਿਆ ਮੂਵੀ ਦੇ ਵਿੱਚ? ਸਭ ਤੋਂ ਵਧੀਆ ਤਾਂ ਮੈਨੂੰ ਇਹਨਾਂ ਦੀ ਐਕਟਿੰਗ ਜੀ, ਬਸ ਜਿਵੇਂ ਕਰੀਏ ਜਿਵੇਂ ਉਹਨਾਂ ਦੀ ਵਾਰਨਿੰਗ ਦੇ ਵਿੱਚ ਸੀਗੀ ਸੇਮ ਐਕਟਿੰਗ ਆ, ਪੂਰੀ ਸਰਾ ਚੀਜ਼ ਆ, ਨਜ਼ਾਰਾ ਬੰਨਿਆ ਕਿ ਮੈਂ ਅੱਜ ਪੂਰਾ ਜੀ। ਬਹੁਤ ਸੋਹਣੀ ਫਿਲਮ ਆ ਜੀ, ਬਹੁਤ ਸੋਹਣੀ। ਐਕਟਿੰਗ ਕਿਸ ਤਰ੍ਹਾਂ ਦੀ ਲੱਗੀ ਸਭ ਤੋਂ ਪਹਿਲਾਂ ਸਾਰੇ ਕਿਰਦਾਰਾਂ ਦੀ? ਬਹੁਤ ਵਧੀਆ ਐਕਟਿੰਗ ਆ ਜੀ, ਫਿਲਮ ਦਾ ਬਹੁਤ ਹੀ ਵਧੀਆ ਵਾ, ਐਂਡ ਤੱਕ ਉੱਠਣ ਵੀ ਨਹੀਂ ਦਿੱਤਾ, ਇੰਨੀ ਵਧੀਆ ਮੂਵੀ ਬਣੀ ਹੋਈ ਹੈ। ਬਹੁਤ ਸੋਹਣੀ ਐਕਟਿੰਗ ਭਾਜੀ ਜੀ, ਪ੍ਰਿੰਸ ਭਾਜੀ ਸਭ ਤੋਂ ਜ਼ਿਆਦਾ ਬੈਸਟ ਐਕਟਿੰਗ ਭਾਜੀ ਇਸ ਟਾਈਮ ਪੰਜਾਬ ਦੇ ਨਵਾਜੂ ਸਦੀਕੀ ਭਾਜੀ ਆ, ਬਸ ਇੰਨਾ ਆਪਾਂ ਕਹਿ ਸਕਦੇ ਹਾਂ ਬਸ। ਚੇਤਾ ਸਿੰਘ ਬਹੁਤ ਘੈਂਟ ਮੂਵੀ। ਡਾਇਰੈਕਸ਼ਨ ਬਾਰੇ ਜ਼ਰੂਰ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਦੀ ਡਾਇਰੈਕਸ਼ਨ ਲੱਗੀ? ਇਹਦੇ ਵਿੱਚ ਆਪਾਂ ਇਹ ਜਿਹਨੇ ਆਪਾਂ ਕਹਿ ਦੀ ਵੀ 19 ਬੈਸਟ ਤੋਂ ਬੈਸਟ ਆ, ਜਿੱਦਾਂ ਆਪਾਂ ਕਹਿੰਦੇ ਮੈਂ ਸਪੈਸ਼ਲ ਪ੍ਰਿੰਸ ਭਾਜੀ ਦਾ ਬਹੁਤ ਵੱਡਾ ਫੈਨ ਆ, ਅਤੇ ਹਰੇਕ ਮੂਵੀ ਦੇਖੀ ਉਹਨੇ, ਸ਼ਾਇਦ ਵਾਰਨਿੰਗ, ਪੋਸਤੀ, ਤੀਜੀ ਫਿਲਮ ਇਹ ਜਿਹੜੇ ਫਿਰ ਦੇਖਣ ਆਇਆ ਮੈਂ ਦੁਬਾਰਾ, ਭਾਜੀ ਨੇ ਬਹੁਤ ਜ਼ਿਆਦਾ ਲਾਈਕ ਕਰਦਾ ਅਤੇ ਬਹੁਤ ਸੋਹਣੀ ਮੂਵੀ ਹੈ ਭਾਜੀ ਦੀ, ਬਹੁਤ ਭਾਜੀ ਤੋਂ 10-11 ਦੇ ਸਕਦਾ ਮੈਂ, ਹੋਰ ਦੱਸ। ਧੰਨਵਾਦ ਜੀ, ਧੰਨਵਾਦ। ਅੱਛਾ ਕਿੱਦਾਂ ਦੀ ਲੱਗੀ ਮੂਵੀ? ਬਹੁਤ ਵਧੀਆ ਜੀ। ਨੰਬਰ ਕਿੰਨੇ ਦੋਗੇ? ਨੰਬਰ 100 ਵਿੱਚੋਂ 100 ਹੀ ਦਿਓ ਜੀ। ਅੱਜ ਕੱਲ੍ਹ ਪਤਾ ਲੱਗਦਾ ਜੀ ਕਿਸੇ ਦੀ ਧੀ ਭੈਣ ਨੇ ਇੱਜ਼ਤ ਲੁੱਟਣੀ ਕੀ ਦਿਖਾਉਣਾ ਚਾਹੀਦਾ, ਬਹੁਤ ਗਲਤ ਹੈ ਜੀ ਜੋ ਚੱਲਦਾ ਪਿਆ, ਸਮਾਜ ਨੂੰ ਇੱਕ ਦਿਖਾਉਣਾ ਚਾਹੁੰਦੇ ਕਿ ਹਾਂਜੀ ਇਹ ਗਲਤ ਹੈ। ਮਤਲਬ ਇਹ ਮੂਵੀ ਮੂਵੀ ਨਹੀਂ ਰਹੀ, ਇੱਕ ਤਰ੍ਹਾਂ ਦਾ ਮੈਸੇਜ ਵੀ ਲੋਕਾਂ ਤੱਕ, ਲੋਕਾਂ ਨੂੰ ਜਿਹੜੇ ਲੋਕੀ ਗਲਤ ਕੰਮ ਕਰਦੇ ਆ ਉਹਨਾਂ ਨੂੰ ਨਸੀਹਤ ਮਿਲਣੀ ਚਾਹੀਦੀ ਕਿ ਹਾਂ ਆਪਾਂ ਕੀ ਕੀਤਾ ਅਤੇ ਉਸ ਤੋਂ ਐਂਡ ਕੀ ਹੋਏਗਾ ਉਹਦਾ। ਬਹੁਤ ਵਧੀਆ ਜੋ ਗਿੱਪੀ ਗਰੇਵਾਲ ਨੇ ਫਿਲਮ ਬਣਾਈ ਹੈ, ਬਹੁਤ ਵਧੀਆ, 100 ਵਿੱਚੋਂ 100 ਨੰਬਰ ਮਿਲਣੇ ਚਾਹੀਦੇ ਹੈ। ਤਾਂ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਚੇਤਾ ਸਿੰਘ ਮੂਵੀ ਜੋ ਰਿਲੀਜ਼ ਹੋਈ ਹੈ, ਲੋਕਾਂ ਦੇ ਵੀ ਰਿਐਕਸ਼ਨ ਦੇਖ ਚੁੱਕੇ ਹਾਂ ਕਿ ਲੋਕ ਕਿੰਨੇ ਜ਼ਿਆਦਾ ਖੁਸ਼ ਨੇ ਐਕਟਿੰਗ ਤੋਂ ਲੈ ਕੇ ਡਾਇਰੈਕਸ਼ਨ ਤੱਕ, ਹਰ ਇੱਕ ਮੂਵੀ ਦੇ ਵਿੱਚ ਜੋ ਵੀ ਐਲੀਮੈਂਟ ਸੀਗਾ, ਇੱਕ ਤੋਂ ਮੈਸੇਜ ਦੀ ਵੀ ਗੱਲ ਕੀਤੀ ਗਈ ਹੈ ਕਿ ਇਹ ਮੂਵੀ ਸਿਰਫ ਡਾਇਰੈਕਸ਼ਨ ਜਾਂ ਐਕਟਿੰਗ ਦੇ ਨਹੀਂ, ਮੈਸੇਜ ਵੀ ਬਹੁਤ ਵੱਡਾ ਜਿਹੜਾ ਕਿ ਲੋਕਾਂ ਤੱਕ ਪਹੁੰਚਿਆ। ਹੋਰ ਵਧੀਆ ਅਪਡੇਟ ਸੀ, ਤੁਸੀਂ ਦੇਖਦੇ ਹੋ ਜਾਣ ਟਾਈਮਸ ਕੈਮਰਾ, ਬਲਵਿੰਦਰ ਦੇ ਨਾਲ ਮੈਂ ਹਰਸ਼ ਕੌਰ।